ਜਿਹੜੀ ਅਸੀਂ ਤਿਆਰ ਕਰਦੇ ਹਾਂ ਇਹ ਬਾਹਰ ਜਿਹੜੇ ਲੋਕ ਹੈਗੇ ਬੈਠੇ ਇੰਗਲੈਂਡ 'ਚ, ਕਨੇਡਾ 'ਚ, ਅਮਰੀਕਾ 'ਚ, ਆਸਟ੍ਰੇਲੀਆ 'ਚ, ਜਿੰਨੇ ਵੀ ਆਉਂਦੇ ਆ ਉਹ ਲੈ ਕੇ ਜਾਂਦੇ ਆ ਔਰ ਖਾਂਦੇ ਆ। ਉਹਦੀ ਸਾਡੀ ਫੀਡਬੈਕ ਇੰਨੀ ਦਿੰਦੇ ਆ ਉਹ ਤਕੜੀ ਕਿ ਤੁਸੀਂ ਹੋਰ ਪੈਦਾ ਕਰੋ। ਟੋਫੀ ਬੜੀ ਮਸ਼ਹੂਰ ਹੋਈ ਹੈ। ਹਾਂਜੀ, ਬਹੁਤ ਕਹਿਣਾ ਚਾਹੁੰਦੇ ਹੋ ਤੇ ਉਸ ਗੱਲ ਤੇ? ਟੋਫੀ ਤਾਂ ਬਹੁਤ ਸੋਹਣੀ ਹੈ, ਗੁੜ ਵੀ ਬਹੁਤ ਵਧੀਆ ਇਹਨਾਂ ਦਾ। ਠੀਕ ਹੈ ਜੀ, ਸਬਜ਼ੀਆਂ ਵਗੈਰਾ ਔਰਗੈਨਿਕ ਵੀ ਬਹੁਤ ਵਧੀਆ ਸੋਹਣੀ ਹੈ। ਹਾਂਜੀ, ਕੀ ਜਿਹੜੀ ਅਸੀਂ ਬਣਾਈ ਹੈਗੀ ਅੱਧੀ ਇੰਚੀ ਬਾਈ ਅੱਧੀ ਇੰਚੀ ਦੀ, ਇਹਨੂੰ ਅਸੀਂ ਨਾ ਕੈਂਡੀ ਦਾ ਰੂਪ ਦਿੱਤਾ ਔਰ ਉਹ ਬਣਾਉਂਦੇ ਹਾਂ। ਉਹ ਸਾਡੀ ਧੜਾ ਧੜ ਵਿਕਦੀ ਹੈ ਅਤੇ ਉਹਦੇ ਨਾਲ ਇੱਦਾਂ ਹੁੰਦਾ ਕਿ ਕੋਈ ਵੀ ਨਿਆਣਾ ਜਾਂ ਸਿਆਣਾ ਜਾਂ ਕੋਈ ਵੀ ਔਰਤ ਜਦੋਂ ਬੈਠੇ ਆ ਰੋਟੀ ਖਾਂਦੇ, ਰੋਟੀ ਤੋਂ ਬਾਅਦ ਇੱਕ ਇੱਕ ਚੱਕ ਕੇ ਖਾ ਲੈਂਦੇ ਆ। ਬੱਚਿਆਂ ਨੂੰ ਪੜ੍ਹਾਉਂਦੇ ਸੀਗੇ ਜੀ, ਉਦੋਂ ਵੀ ਇਹ ਬੱਚਿਆਂ ਨੂੰ ਇਹੀ ਸਿੱਖਿਆ ਦਿੰਦੇ ਸੀਗੇ ਵੀ ਤੁਸੀਂ ਜਿਹੜੀ ਜ਼ਹਿਰ ਖਾਂਦੇ ਆ ਜ਼ਹਿਰ ਨਾਲੋਂ ਤੁਸੀਂ ਔਰਗੈਨਿਕ ਆਪਣੇ ਘਰ ਜੋਗੀ ਬਣਾਓ, ਦਾਲ ਸਬਜ਼ੀ ਬੀਜੋ। ਹੁਣ ਰਿਟਾਇਰ ਹੋ ਕੇ ਨਹੀਂ ਆਪਣਾ ਉਪਰਾਲਾ ਕਰ ਲਿਆ, ਲੋਕਾਂ ਨੂੰ ਸੇਧ ਦੇ ਰਹੇ ਆ, ਚੰਗੀ ਚੀਜ਼ ਦੇ ਰਹੇ, ਵਧੀਆ ਚੀਜ਼ ਦੇ ਰਹੇ। ਅਸੀਂ ਵੀ ਕਾਫੀ ਟਾਈਮ ਤੋਂ ਇਹਨਾਂ ਦੇ ਨਾਲ ਜੁੜੇ ਹੋਏ ਹਾਂ। ਕਿਹਨਾਂ ਦੀ? ਹੁਸ਼ਿਆਰਪੁਰ ਦੇ 70 ਸਾਲ ਦੇ ਕਿਸਾਨ ਤਰਸੇਮ ਸਿੰਘ ਆਪਣੀ ਅਗਾਹ ਵਧੂ ਸੋਚ ਕਰਕੇ ਰਸਾਇਣ ਮੁਕਤ ਖੇਤੀ ਕਰਕੇ ਸਹਾਇਕ ਧੰਦੇ ਅਪਣਾ ਕੇ ਆਪਣੀ ਆਰਥਿਕ ਸਥਿਤੀ ਵੀ ਮਜ਼ਬੂਤ ਕਰ ਰਹੇ ਹਨ। ਇਹਨਾਂ ਦੀ ਫਲੇਵਰਡ ਗੁੜ ਕੈਂਡੀ ਪੰਜਾਬ ਦੇ ਨਾਲ ਨਾਲ ਵਿਦੇਸ਼ਾਂ ਵਿੱਚ ਵੀ ਕਾਫੀ ਮਸ਼ਹੂਰ ਹੈ। ਜਾਣਕਾਰੀ ਦਿੰਦਿਆਂ ਤਰਸੇਮ ਸਿੰਘ ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਰਸਾਇਣ ਮੁਕਤ ਖੇਤੀ ਦੇ ਨਾਲ ਨਾਲ ਖੇਤੀ ਵਿੱਚ ਬਦਲਾਅ ਸਮੇਂ ਦੀ ਮੁੱਖ ਲੋੜ ਹੈ। ਉਹਨਾਂ ਇਹ ਵੀ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਸਾਇਣ ਮੁਕਤ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਸੇਫ ਫੂਡ ਮੰਡੀ ਲਗਾਈ ਜਾ ਰਹੀ ਹੈ। ਉਹਨਾਂ ਕਿਸਾਨਾਂ ਨੂੰ ਫਸਲੀ ਚੱਕਰ ਵਿੱਚ ਨਿਕਲ ਕੇ ਬਦਲਵੀ ਖੇਤੀ ਕਰਨ ਅਤੇ ਵੱਧ ਤੋਂ ਵੱਧ ਸਹਾਇਕ ਧੰਦੇ ਅਪਣਾਉਣ ਦੀ ਵੀ ਅਪੀਲ ਕੀਤੀ ਹੈ। ਕੀ ਨਾਮ ਹੁੰਦਾ ਜੀ ਆਪਣਾ? ਮੇਰਾ ਨਾਮ ਤਰਸੇਮ ਸਿੰਘ ਹੈ, ਮੇਰਾ ਪਿੰਡ ਹੈਗਾ ਨੀਲਾ ਨਲਵਾ ਤੇ ਮੈਂ ਸੀਨੀਅਰ ਸੈਕੰਡਰੀ ਸਕੂਲ ਤੋਂ ਰਿਟਾਇਰਡ ਪ੍ਰਿੰਸੀਪਲ ਹਾਂ। ਤਰਸੇਮ ਸਿੰਘ ਜੀ, ਜਦੋਂ ਤੁਸੀਂ ਕੈਡੀਆਂ ਦਾ ਕੰਮ ਸ਼ੁਰੂ ਕੀਤਾ ਸੀ, ਕਦੋਂ ਸ਼ੁਰੂ ਕੀਤਾ ਸੀ, ਕਿੱਦਾਂ ਤੁਹਾਨੂੰ ਆਈਡੀਆ ਆਇਆ ਜੀ? ਆਈਡੀਆ ਇੱਦਾਂ ਆਇਆ ਕਿ ਜਦੋਂ ਅਸੀਂ ਪੇਸੀ ਬਣਾਉਂਦੇ ਸੀ ਨਾ, ਅਤੇ ਉਹਦੇ ਵਿੱਚ ਆਮ ਲੋਕਾਂ ਦੀ ਗੱਲ ਹੁੰਦੀ ਸੀ, ਭੰਨਣੀ ਪੈਂਦੀ ਇਹ ਜੀ, ਕਰਨਾ ਪੈਂਦਾ ਇਹਨੂੰ, ਹੱਥ ਲਿਬੜਦੇ ਆ। ਉਹ ਤੋਂ ਬਾਅਦ ਫਿਰ ਅਸੀਂ ਨਾ ਇੰਚੀ ਬਾਈ ਇੰਚੀ ਦਾ ਜਿਹੜਾ ਕਿਊਬ ਬਣਾਉਣਾ ਸ਼ੁਰੂ ਕੀਤਾ। ਉਹ 'ਚ ਪ੍ਰੋਬਲਮ ਇਹ ਆਉਣ ਲੱਗ ਪਈ ਪਈ ਇਹ ਵੀ ਨਹੀਂ ਟੁੱਟਦਾ, ਲੋਕ ਖਾਂਦੇ ਨਹੀਂ। ਪਹਿਲੇ ਬਜ਼ੁਰਗ ਤਾਂ ਖਾ ਜਾਂਦੇ ਸੀ, ਉਹ ਖਾਂਦੇ ਘੱਟ ਕਹਿੰਦੇ ਖਾ ਹੁੰਦਾ। ਫਿਰ ਅਸੀਂ ਪੌਣੀ ਇੰਚੀ ਬਾਈ ਅੱਧੀ ਇੰਚੀ ਦੀ ਬਣਾਈ, ਉਹ ਵੀ ਲੋਕਾਂ ਨੇ ਜਿਹੜਾ ਬਹੁਤਾ ਨਹੀਂ, ਉਹਨੂੰ ਵੀ ਕਹਿੰਦੇ ਜੀ ਇਹ ਵੀ ਤੋੜਨੀ ਪੈਂਦੀ ਆ। ਫਿਰ ਜਿਹੜੀ ਅਸੀਂ ਬਣਾਈ ਹੈਗੀ ਅੱਧੀ ਇੰਚ ਬਾਈ ਅੱਧੀ ਇੰਚੀ ਦੀ, ਇਹਨੂੰ ਅਸੀਂ ਨਾ ਕੈਂਡੀ ਦਾ ਰੂਪ ਦਿੱਤਾ ਔਰ ਉਹ ਬਣਾਉਂਦੇ ਹਾਂ। ਉਹ ਸਾਡੀ ਧੜਾ ਧੜ ਵਿਕਦੀ ਹੈ ਅਤੇ ਉਹਦੇ ਨਾਲ ਇੱਦਾਂ ਹੁੰਦਾ ਕਿ ਕੋਈ ਵੀ ਨਿਆਣਾ ਜਾਂ ਸਿਆਣਾ ਜਾਂ ਕੋਈ ਵੀ ਔਰਤ ਜਦੋਂ ਬੈਠੇ ਆ ਰੋਟੀ ਖਾਂਦੇ, ਰੋਟੀ ਤੋਂ ਬਾਅਦ ਇੱਕ ਇੱਕ ਚੱਕ ਕੇ ਖਾ ਲੈਂਦੇ ਆ, ਅਤੇ ਉਹਦੇ ਨਾਲ ਕੋਈ ਹੱਥ ਭੰਨ ਹੱਥ ਨਾਲ ਭੰਨਣ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਔਰ ਉਹ ਸਾਡੀ ਧੜਾ ਧੜ ਵਿਕੀ ਆ। ਉਹ ਤੋਂ ਬਾਅਦ ਫਿਰ ਮੇਰੇ ਇੱਕ ਮਿੱਤਰ ਸੀਗੇ, ਉਹਨਾਂ ਨੇ ਇਹਨੂੰ ਰੈਪ ਕਰਨਾ ਸ਼ੁਰੂ ਕੀਤਾ ਔਰ ਰੈਪ ਕਰਨ ਤੋਂ ਬਾਅਦ ਅਸੀਂ ਇੱਕ ਜਿਹੜੀ ਸੀਗੀ ਉਹਦੀ 2 ਰੁਪਈਏ ਕੀਮਤ ਰੱਖੀ ਔਰ ਉਹ ਅਸੀਂ ਉਨੀ ਪੈਦਾ ਨਹੀਂ ਕਰ ਸਕੇ ਜਿੰਨੀ ਉਹਦੀ ਲਾਗਤ ਸੀ। ਇੱਕ ਸਿੰਧੀ ਸਵੀਟਸ ਚੰਡੀਗੜ੍ਹ ਹੀ ਅਸੀਂ ਕਵਰ ਕਰ ਸਕੇ, ਜਦਕਿ ਏਅਰਲਾਈਨਸ ਵਾਲਿਆਂ ਨਾਲ ਗੱਲ ਚੱਲਦੀ ਸੀਗੀ ਤਾਂ ਫਿਰ ਇੰਨਾ ਅਸੀਂ ਪਹੁੰਚਾ ਨਹੀਂ ਸਕੇ ਉੱਥੇ। ਹੁਣ ਵੀ ਇਹ ਜਿਹੜੀ ਅਸੀਂ ਤਿਆਰ ਕਰਦੇ ਹਾਂ ਇਹ ਬਾਹਰ ਜਿਹੜੇ ਲੋਕ ਹੈਗੇ ਬੈਠੇ ਇੰਗਲੈਂਡ 'ਚ, ਕਨੇਡਾ 'ਚ, ਅਮਰੀਕਾ 'ਚ, ਆਸਟ੍ਰੇਲੀਆ 'ਚ, ਜਿੰਨੇ ਵੀ ਆਉਂਦੇ ਆ ਉਹ ਲੈ ਕੇ ਜਾਂਦੇ ਆ ਔਰ ਖਾਂਦੇ ਆ। ਉਹਦੀ ਸਾਡੀ ਫੀਡਬੈਕ ਇੰਨੀ ਦਿੰਦੇ ਆ ਉਹ ਤਕੜੀ ਕਿ ਤੁਸੀਂ ਹੋਰ ਪੈਦਾ ਕਰੋ। ਹੁਣ ਅਸੀਂ ਇਹ 5-6 ਫਲੇਵਰ ਦੀ ਤਿਆਰ ਕਰਦੇ ਹਾਂ, ਫਲੇਵਰ ਨਾ ਕਹੋ, ਅਸੀਂ ਉਹ ਵਿੱਚ ਸਮਾਨ ਪਾਉਂਦੇ ਹੀ ਹਾਂ। ਠੀਕ ਹੈ ਜੀ, ਕੀ ਸਮਾਨ ਪਾਉਂਦੇ ਆ? ਸਮਾਨ ਜਿੱਦਾਂ ਹੁਣ ਆਮਲੇ ਵਾਲੀ ਤਿਆਰ ਕਰਦੇ ਹਾਂ, ਆਮਲਾ ਪਾਊਡਰ ਵਿੱਚ ਉਹਦੇ ਪਾਉਂਦੇ ਹਾਂ, ਸੌਂਫ ਵਾਲੀ ਤਿਆਰ ਕਰਦੇ ਹਾਂ ਸੌਂਫ ਪਾਉਂਦੇ ਹਾਂ, ਮਰਿੰਗੇ ਦੀ ਤਿਆਰ ਕਰਦੀ ਅਸੀਂ ਉਹਦੇ ਵਿੱਚ ਮਰਿੰਗਾ ਪੀਸ ਕੇ ਪਾਉਂਦੇ ਹਾਂ, ਅਦਰਕ ਦੀ ਅਦਰਕ ਦਾ ਪਾਊਡਰ ਪਾਉਂਦੇ ਅਸੀਂ ਵਿੱਚ ਉਹਦੇ। ਹੁਣ ਅਸੀਂ ਸੋਚਦੇ ਸੀ ਵੀ ਮਹਿੰਗੀ ਤਾਂ ਪੈਣੀ ਆ ਪਰ ਲੋਕਾਂ ਨੇ ਪਸੰਦ ਬਹੁਤ ਕੀਤੀ, ਉਹ ਹਰੀ ਇਲਾਚੀ ਜਿਹੜੀ ਅਸੀਂ ਪਾ ਕੇ ਤਿਆਰ ਕਰਦੇ ਹਾਂ। ਅੱਜ ਮੈਂ ਤੁਹਾਨੂੰ ਖਵਾਉਂਗਾ ਵੀ ਥੋੜ੍ਹੀ ਜਿਹੀ ਅਸੀਂ ਤਿਆਰ ਕੀਤੀ ਵੀ ਹੈ।
तो उहदा टेस्ट बिल्कुल अलग आ। तो जे आपां उहनूं एक नूं एक कप च पा लईए ना तो इलायची वाली चाह बन जाती है, बहुत वधिया बनती है। सेम सिंह जी, इस तों अलावा तुसीं ऑर्गेनिक खेती भी करते हैं, किस किस चीज़ की करते हैं, कदों कदों ये भी करते हैं? जिहड़ी ऑर्गेनिक खेती है जी, मैं वह 8 तों कीती आ रिटायर होकर शुरू। तो 1 सितंबर नूं मैं जिन्ने भी कैमिकल सीगे उह चक के सारे बाहर सुट दिते सीगे। तो वैसे उदां पहला पहला मेरा विरोध भी होया घरदिआं ने भी कीता, पर हौली हौली घर दे कोई फैमिली जो मैनूं वड्डा होण दे नाते जॉइंट फैमिली विच ते बहुता जे मैं उहनां नूं कहा कि नहीं इहदे च सानूं घाटा भी पवे पर असीं मनुखता दी सेवा करनी है, तो इस करके मैं सितंबर तो ही शुरू करती सी। सितंबर 8 तो मैं कर रहा। एक मैं गलती की है, 17 एकड़ साड़ी जमीन है, 16 17 17 तो वध घट होगा, मरला 2 मरले असी सारी शुरू करती। पहला साढ़े झाड़ बहुत घटे, बहुत मतलब घाटे च गए सी, पर फिर घरदिया ने मेरा भरा आया छोटा बाहर दुबई सेगा, मेरी मिसेज मेरी भरजाई तो मेरे बच्चों ने मेरा पूरा साथ दिता। तो असी हूँ एक मैं अपने आप न ਹੁਣ ਆ ਕੇ ਕਾਮਯਾਬ ਸਮਝਦਾ ਫਿਰ ਕਾਮਯਾਬ ਹੈਗਾ ਮੈਂ। ਕੀ ਕਹਿਣਾ ਚਾਹੁੰਦੇ ਨੇ ਆਮ ਲੋਕ ਕਿਸਾਨ ਤੁਹਾਨੂੰ ਦੇਖਦੇ ਆ? ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਹਾਂ ਕਿ ਜੇ ਦੇਖੋ ਅਸੀਂ ਇੰਨੇ ਜ਼ਹਿਰ ਪਾ ਦਿੱਤੇ ਜ਼ਮੀਨਾਂ ਦੇ ਵਿੱਚ, ਆਪਣਾ ਪਾਣੀ ਵੀ ਖਰਾਬ ਕਰ ਲਿਆ ਆ, ਪੈਸਟੀਸਾਈਡ ਨਾਲ ਅਸੀਂ ਆਪਣੀ ਹਵਾ ਜਿਹੜੀ ਪ੍ਰਦੂਸ਼ਿਤ ਕਰ ਲਈ ਹੈ, ਧਰਤੀ ਦੀ ਹਿੱਕ 'ਤੇ ਪਾ ਪਾ ਕੇ ਯੂਰੀਆ ਅਤੇ ਕੈਮੀਕਲ ਅਸੀਂ ਧਰਤੀ ਵੀ ਆਪਣੀ ਸਾਰੀ ਖਰਾਬ ਕਰ ਲਈ ਹੈ, ਜਿਹਦੇ ਨਾਲ ਅਸੀਂ ਸਾਰੀਆਂ ਬਿਮਾਰੀਆਂ ਜਿਹੜੀਆਂ ਉਹ ਸਹੇੜ ਲਈਆਂ। ਅੱਜ ਤੋਂ ਪਿੱਛੇ ਤੁਸੀਂ ਦੇਖੋ 70-80 ਸਾਲ ਪਹਿਲਾਂ ਜਾਂ 60 ਸਾਲ ਪਹਿਲਾਂ ਦੇਖੋਗੇ ਤਾਂ ਲੋਕਾਂ ਦੀ ਸਿਹਤ ਚੰਗੀ ਹੁੰਦੀ ਸੀ, ਕੱਦ ਬੜੇ ਸੀ, ਸਿਹਤਾਂ ਠੀਕ ਸੀ। ਅਤੇ ਹੁਣ ਗਾਹਾਂ 'ਤੇ ਗਾਹਾਂ ਮੈਂ ਹੈਰਾਨ ਹੋਇਆ ਇੱਕ ਦਿਨ ਪੜ੍ਹ ਕੇ ਪਿਆ ਸੀਗਾ, 6-7 ਸਾਲ ਦੇ ਬੱਚਿਆਂ ਨੂੰ ਸ਼ੂਗਰ ਆ ਰਹੀ ਹੈ। ਇਹ ਜਿਹੜੀਆਂ ਬਿਮਾਰੀਆਂ ਆ ਜਿੰਨੀਆਂ ਆ ਰਹੀਆਂ ਆ ਇਹਨਾਂ ਨੂੰ ਅਸੀਂ ਤਾਂ ਹੀ ਰੋਕ ਸਕਦੇ ਹਾਂ, ਅਸੀਂ ਇਹਨਾਂ ਡਾਕਟਰਾਂ ਤੋਂ ਤਾਂ ਹੀ ਬਚ ਸਕਦੇ ਹਾਂ ਜੇ ਆਪਾਂ ਇਹ ਜਿਹੜੀ ਕੁਦਰਤੀ ਖੇਤੀ ਅਪਣਾਵਾਂਗੇ, ਜ਼ਹਿਰ ਮੁਕਤ ਖੇਤੀ ਜਿਹਨੂੰ ਕਹਿੰਦੇ ਆ, ਕੈਮੀਕਲ ਫਰੀ ਖੇਤੀ ਕਹਿੰਦੇ, ਪੈਸਟੀਸਾਈਡ ਬੀਟੀਸਾਈਡ ਹਰਬੀਸਾਈਡ ਫਰੀ ਖੇਤੀ ਹੈ, ਉਹ ਕਰਾਂਗੇ ਤਾਂ ਫਿਰ ਅਸੀਂ ਇਹਨਾਂ ਤੋਂ ਰੋਕ ਪਾ ਸਕਾਂਗੇ। ਮੈਂ ਕਿਸਾਨ ਭਰਾਵਾਂ ਨੂੰ ਇਹੀ ਕਹਿੰਦਾ ਜ਼ਰੂਰ ਕਿ ਤੁਸੀਂ ਜੇ ਸਾਰਾ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਜੇ ਕਿਸੇ ਮੇਰੇ ਭਰਾ ਕੋਲ 4 ਕਿੱਲੇ ਜ਼ਮੀਨ ਆ ਅਤੇ 1 ਖੇਤ ਜ਼ਰੂਰ ਰੱਖੇ, ਜਿਹਦੇ ਕੋਲ 2 ਕਿੱਲੇ ਉਹ 4 ਕਨਾਲਾ ਜ਼ਰੂਰ ਰੱਖੇ, ਘੱਟੋ ਘੱਟ ਆਪਣੀ ਰਸੋਈ 'ਚ ਜਿਹੜੀ ਸਬਜ਼ੀ ਅਤੇ ਦਾਲਾਂ ਆਉਂਦੀਆਂ ਨਾ ਉਹਨਾਂ ਨੂੰ ਉਹ ਜ਼ਰੂਰ ਜ਼ਹਿਰ ਮੁਕਤ ਕਰ ਲਵੇ, ਤਾਂ ਕਿ ਆਪਾਂ ਜਿਹੜੀਆਂ ਆਪਣੀਆਂ ਆਉਣ ਵਾਲੀਆਂ ਨਸਲਾਂ ਹੈਗੀਆਂ, ਜਨਰੇਸ਼ਨਸ ਹੈਗੀਆਂ, ਉਹਨਾਂ ਨੂੰ ਇਹ ਪੈੜਾਂ ਛੱਡ ਕੇ ਜਾਈਏ ਵੀ ਸਾਡੇ ਪੁਰਖਿਆਂ ਨੇ ਕੁਛ ਤਾਂ ਖਰਾ ਕੀਤਾ ਸੀ, ਨਹੀਂ ਤਾਂ ਆਉਣ ਵਾਲੀਆਂ ਨਸਲਾਂ ਜਿਹੜੀਆਂ ਉਹ ਸਾਨੂੰ ਗਾਲਾਂ ਕੱਢਣਗੀਆਂ, ਜ਼ਰੂਰ ਕਹਿਣਗੀਆਂ ਸਾਡੇ ਮਾਪਿਆਂ ਨੇ ਸਾਡੇ ਲਈ ਕੀ ਕੀਤਾ ਇਹ। ਅਤੇ ਇਸ ਕਰਕੇ ਮੈਂ ਕਿਸਾਨ ਭਰਾਵਾਂ ਨੂੰ ਅਪੀਲ ਕਰਦਾ ਕਿ ਆਪਣੇ ਲਈ ਘੱਟੋ ਘੱਟ ਜ਼ਰੂਰ ਕਰੋ। ਠੀਕ ਹੈ ਜੀ। ਬੱਚਿਆਂ ਨੂੰ ਪੜ੍ਹਾਉਂਦੇ ਸੀਗੇ ਜੀ, ਉਦੋਂ ਵੀ ਇਹ ਬੱਚਿਆਂ ਨੂੰ ਇਹੀ ਸਿੱਖਿਆ ਦਿੰਦੇ ਸੀਗੇ ਵੀ ਤੁਸੀਂ ਜਿਹੜੀ ਜ਼ਹਿਰ ਖਾਂਦੇ ਆ ਜ਼ਹਿਰ ਨਾਲੋਂ ਤੁਸੀਂ ਔਰਗੈਨਿਕ ਆਪਣੇ ਘਰ ਜੋਗੀ ਬਣਾਓ, ਦਾਲ ਸਬਜ਼ੀ ਬੀਜੋ। ਹੁਣ ਰਿਟਾਇਰ ਹੋ ਕੇ ਨਹੀਂ ਆਪਣਾ ਉਪਰਾਲਾ ਕਰ ਲਿਆ, ਲੋਕਾਂ ਨੂੰ ਸੇਧ ਦੇ ਰਹੇ ਆ, ਚੰਗੀ ਚੀਜ਼ ਦੇ ਰਹੇ, ਵਧੀਆ ਚੀਜ਼ ਦੇ ਰਹੇ, ਅਸੀਂ ਵੀ ਕਾਫੀ ਟਾਈਮ ਤੋਂ ਇਹਨਾਂ ਦੇ ਨਾਲ ਜੁੜੇ ਹੋਏ ਹਾਂ। ਇਹਨਾਂ ਦੀ ਟੌਫੀ ਬੜੀ ਮਸ਼ਹੂਰ ਹੋਈ ਹੈ। ਹਾਂਜੀ, ਬਹੁਤ ਸੋਹਣੀ ਚਾਹੁੰਦੇ ਹੋ ਤੇ ਉਸ ਗੱਲ ਦੇ ਟੌਫੀ ਤਾਂ ਬਹੁਤ ਸੋਹਣੀ ਹੈ, ਗੁੜ ਵੀ ਬਹੁਤ ਵਧੀਆ ਇਹਨਾਂ ਦਾ। ਠੀਕ ਹੈ ਜੀ, ਵਗੈਰਾ ਔਰਗੈਨਿਕ ਵੀ ਬਹੁਤ ਵਧੀਆ ਸੋਹਣੀ ਹੈ। ਮੇਰਾ ਨਾਮ ਮਨਜੀਤ ਸਿੰਘ, ਮਨਜੀਤ ਫਰੂਡ ਨਰਸਰੀ ਹੈ ਮੇਰੀ, ਫਰੂਡ ਨਰਸਰੀ ਹੈ। ਹੁਸ਼ਿਆਰਪੁਰ ਤੋਂ ਗੁਰਦੀਪ ਸਿੰਘ ਦੀ ਰਿਪੋਰਟ। ਸਰਦਾਰ ਗੁਰਜੀਤ ਸਿੰਘ, ਹਰ ਸਮੱਸਿਆ ਦਾ ਸਮਾਧਾਨ ਘਰ ਬੈਠੇ ਕਰਵਾਓ। ਮਨਚਾਇਆ ਕੰਮ, ਕਾਰੋਬਾਰ ਵਿੱਚ ਰੁਕਾਵਟ, ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਲਵ ਮੈਰਿਜ ਕਿੱਤਾ ਕਰਵਾਇਆ, ਸੰਤਾਨਹੀਨਤਾ, ਸੱਸ ਨੂੰ ਅਤੇ ਪਤੀ ਪਤਨੀ ਚ ਅਨਬਨ, ਗੁਪਤ ਰੋਗ, ਕੋਰਟ ਕੇਸ, ਤਲਾਕ ਕਰਵਾਉਣਾ ਜਾਂ ਨਾ ਕਰਵਾਉਣਾ, ਖੋ ਚੁੱਕਾ ਪਿਆਰ, ਪਿਆਰ ਵਿੱਚ ਧੋਖਾ, ਸੋਤਨ ਜਾਂ ਦੁਸ਼ਮਣ ਤੋਂ ਛੁਟਕਾਰਾ, ਹਰ ਸਮੱਸਿਆ ਦਾ ਘਰ ਬੈਠੇ ਸਮਾਧਾਨ ਕਰਵਾਓ। ਸਰਦਾਰ ਗੁਰਜੀਤ ਸਿੰਘ, ਅੱਜ ਹੀ ਫੋਨ ਕਰੋ